ਆ ਬਜਟ ਸੈਸ਼ਨ ਜਿਹੜਾ 10 ਤਰੀਕ ਨੂੰ ਖਤਮ ਹੋਇਆ ਇਹ ਸਰਕਾਰ ਦਾ ਅਖੀਰਲਾ ਬਜਟ ਸੀ ਤੇ ਜਿਸ ਤਰ੍ਹਾਂ ਨਾਲ ਇਹ ਸਰਕਾਰ ਦੀ ਪਰਫਾਰਮੈਂਸ ਰਹੀ ਹੈ ਮੈਨੂੰ ਲੱਗਦਾ ਹੈ ਸ਼ਾਇਦ ਸਦਾਸਤੇ ਕਾਂਗਰਸ ਦਾ ਅਖੀਰਲਾ ਬਜਟ ਹੋਵੇ ਜੋ ਮਨਪ੍ਰੀਤ ਨੇ ਹਾਲ ਕਰਦੇ ਐਸੀ ਭਾਈਚਾਰੇ ਨੂੰ ਅਨਾਉਂਸ ਕੀਤਾ ਹੈ ਜੀ ਕਿ ਅਸੀਂ 1500 ਰੁਪਿਆ ਦੇਵਾਂਗੇ ਪੈਨਸ਼ਨ 51000 ਛਗਣ ਦੇਵਾਂਗੇ ਪਰ ਅਨਾਉਂਸਮੈਂਟ ਹੀ ਹੈ ਨਾ ਕਿ ਅਸੀਂ ਕਰਾਂਗੇ ਗਾਂ ਜੁਲਾਈ ਤੋਂ ਲਾਗੂ 1 ਲੱਖ ਕਰੋੜ ਰੁਪਇਆ ਇਹ ਸਰਕਾਰ ਨੇ ਪੰਜਾਬ ਦੇ ਉੱਤੇ ਨਵਾਂ ਕਰਜ਼ਾ ਚੜਾਇਆ ਹੈ ਕਰਜ਼ਾ ਤੁਸੀਂ ਚੜਾਈ ਜਾਂਦੇ ਹੋ ਲੋਕਾਂ ਦੀ ਸਹੂਲਤ ਆਸਤੇ ਲੋਕਾਂ ਦੀਆਂ ਸਕੀਮਾਂ ਆਸਤੇ ਲੋਕਾਂ ਦੇ ਭਲੇ ਆਸਤੇ ਤੁਸੀਂ ਪੈਸਾ ਖਰਚ ਨਹੀਂ ਰਹੇ ਪੈਸਾ ਜਾਂਦਾ ਕਿੱਥੇ ਹੈ ਸਵਾਲ ਤਾਂ ਇਹ ਹੈ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਦੀ ਜ਼ਰਤ ਨਹੀਂ ਹੈ ਕਿ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੋਂ ਬਿਨਾ ਪੈਰ ਵੀ ਪਟ ਜਵੇਗੀ ਇਹ ਫਿਕਸਡ ਮੈਚ ਚੱਲ ਰਿਹਾ ਹੈ ਇਹ ਸਭ ਲੋਕ ਸਮਝ ਗਏ ਆ ਪਿਊਸ਼ ਗੋਇਲ ਦੀ ਉਹ ਗੱਲ ਕਿਉਂ ਭੁੱਲ ਗਿਆ ਜਦੋਂ ਪਿਊਸ਼ ਗੋਇਲ ਨੂੰ ਇਹਨਾਂ ਨੇ ਇਹਨਾਂ ਨੂੰ ਪੰਜਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਕੋਲੇ ਮੂੰਹ ਚੱਕ ਕੇ ਆ ਤਾਂ ਗਏ ਹੋ ਤੇ ਜੇ ਮੈਂ ਤੁਹਾਨੂੰ ਦੱਸਦਾ ਨਾ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਕੀ ਗੱਲ ਕਰਕੇ ਗਿਆ ਤੇ ਤੁਹਾਨੂੰ ਬਾਹਰ ਜਾ ਕੇ ਆਪਣੀ ਸ਼ਕਲ ਵਿਖਾਉਣੀ ਔਕੀ ਹੋ ਜਾਣੀ ਲੋਕਾਂ ਨੂੰ ਉਹ ਗੱਲਾਂ ਵੀ ਯਾਦ ਕਰ ਲੈਣਾ ਪਿਊਸ਼ ਗੋਇਲ ਸਸੀਕਲ ਜੀ ਡੀ5 ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਸਾਡੇ ਨਾਲ ਜੁੜੇ ਹੈ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਇਕਾਈ ਦੇ ਕੌਮੀ ਪ੍ਰਧਾਨ ਪਰਮਪੰਤ ਸਿੰਘ ਬੰਟੀਰਮਣਾ ਤੇ ਅਹਿਮ ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਰਮਣਾ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਡੀ5 ਚੈਨਲ ਤੇ ਆਪੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੇ ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੀ ਫਤਿਹ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਣਾ ਸਾਹਿਬ ਪਹਿਲਾ ਸਵਾਲ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਆਖਰੀ ਬਜਟ ਪੇਸ਼ ਕੀਤਾ ਗਿਆ ਹੈ ਆਖਰੀ ਬਜਟ ਦੇ ਵਿੱਚ ਲੱਗਦਾ ਕੁਛ ਨਾ ਕੁਛ ਜਿਹੜਾ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹਦੇ ਵਿੱਚ ਸਰਕਾਰ ਕੀ ਕਵੇ ਜਾਂ ਮੈਂ ਕੀ ਕਹਾਂ ਉਹ ਸ਼ਾਇਦ ਗੱਲ ਇੰਨੀ ਮੈਨੇ ਨਹੀਂ ਰੱਖਦੀ ਲੋਕ ਕੀ ਕਹਿੰਦੇ ਆ ਜਾਂ ਤੁਹਾਡੇ ਵਰਗੇ ਪੱਤਰਕਾਰ ਜਿਨ੍ਹਾਂ ਨੇ ਨਿਰਪੱਖ ਰਿਪੋਰਟਿੰਗ ਕਰਨੀ ਹੈ ਉਹ ਕੀ ਕਹਿੰਦੇ ਉਹ ਗੱਲਾਂ ਮੈਣੇ ਰੱਖਦੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਕੋਈ ਵੀ ਪਾਰਟੀ ਸਰਕਾਰ 'ਚ ਆਉਣ ਤੋਂ ਪਹਿਲਾਂ ਕੁਝ ਵਾਅਦੇ ਕਰਦੀ ਹੈ ਜਿਨ੍ਹਾਂ ਵਾਅਦਿਆਂ ਦੇ ਆਧਾਰ 'ਤੇ ਲੋਕ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਦੀ ਸਰਕਾਰ ਬਣਾਉਂਦੇ ਇੱਕ ਬਲੱਖਣ ਚੀਜ਼ ਪੰਜਾਬ 'ਚ ਦੇਖਣ ਨੂੰ ਮਿਲੀ ਸੀ ਕਿ ਵਾਅਦਿਆਂ ਤੋਂ ਇਲਾਵਾ ਗੁਟਕਾ ਸਾਭ ਤੇ ਹੱਥ ਰੱਖ ਕੇ ਸੌਹਾਂ ਖਾਧੀਆਂ ਗਈਆਂ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਤੌਰ ਤੇ ਚਾਰ ਪੰਜ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀਆਂ ਸੀ ਕਿ ਮੈਂ ਪੂਰਨ ਕਰਜ਼ਾ ਮਾਫ਼ ਕਰੂੰਗਾ ਕਿਸਾਨੀ ਦਾ ਘਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਨੌਕਰੀ ਦੇਵਾਂਗਾ ਜਿੰਨਾ ਚਿਰ ਨੌਕਰੀ ਨਹੀਂ ਦਿੰਦਾ 2500 ਰੁਪਿਆ ਪੱਤਾ ਦੇਵਾਂਗਾ 51000 ਛਗਣ 2500 ਰੁਪਿਆ ਪੈਨਸ਼ਨ ਆਟੇ ਦਾਲ ਦੇ ਨਾਲ ਖੰਡ ਕਿਉ ਚਾਹ ਪੱਤੀ ਹਰ ਗਰੀਬ ਵਾਸਤੇ ਘਰ ਤੇ 1 ਲੱਖ ਰੁਪਿਆ ਵੀ ਨਾਲ ਦੇਵਾਂਗਾ ਹੋਰ अनेका ਇਹੋ ਜਿਹੇ ਵਾਅਦੇ ਕੀਤੇ ਸੀ ਤੇ 4 ਸਾਲ ਜਦੋਂ ਵੀ ਬਜਟ ਪੇਸ਼ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਸਵਾਲ ਕਰਦੇ ਸੀ ਸਰਕਾਰ ਨੂੰ ਕਿ ਤੁਹਾਡੇ ਉਹ ਵਾਅਦਿਆਂ ਦਾ ਕੀ ਹੋਇਆ ਉਹ ਕਹਿੰਦੇ ਸੀ ਕੋਈ ਨਹੀਂ ਸਾਨੂੰ ਲੋਕਾਂ ਨੇ 5 ਸਾਲ ਵਾਸਤੇ ਮੰਡੇਟ ਦਿੱਤਾ ਰੁਕ ਜੋ 5 ਸਾਲ ਦਿਓ ਸਾਨੂੰ ਅਸੀਂ ਕਰਾਂਗੇ ਤੇ ਆਹ ਬਜਟ ਸੈਸ਼ਨ ਜਿਹੜਾ 10 ਤਰੀਕ ਨੂੰ ਖਤਮ ਹੋਇਆ ਹੈ ਇਹ ਸਰਕਾਰ ਦਾ ਅਖੀਰਲਾ ਬਜਟ ਸੀ ਤੇ ਜਿਸ ਤਰ੍ਹਾਂ ਨਾਲ ਇਹ ਸਰਕਾਰ ਦੀ ਪਰਫਾਰਮੈਂਸ ਰਹੀ ਹੈ ਮੈਨੂੰ ਲੱਗਦਾ ਹੈ ਸ਼ਾਇਦ ਸਦਾ ਵਾਸਤੇ ਕਾਂਗਰਸ ਦਾ ਅਖੀਰਲਾ ਬਜਟ ਹੋਵੇ ਜੋ ਮਨਪ੍ਰੀਤ ਨੇ ਹਾਲ ਕਰਤਾ ਤੇ ਜਿਹੜੇ ਵਾਦੇ ਕੀਤੇ ਸੀ ਉਹ ਕਿੱਥੇ ਨਾ ਕਰਜ਼ਾ ਮਾਫੀ ਦੀ ਗੱਲ ਉਹਦੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੀ ਨਕੇਦੀ ਕੀਤੀ ਨਾ ਉਹਦੇ ਵਿੱਚ ਨੌਜਵਾਨਾਂ ਵਾਸਤੇ ਨੌਕਰੀ ਨਾ ਬੇਰੋਜ਼ਗਾਰੀ ਪੱਤਾ ਨਿਗਲੈਕਟ ਹੀ ਕਰਤੇ ਐਸੀ ਭਾਈਚਾਰੇ ਨੂੰ ਅਨਾਉਂਸ ਕੀਤਾ ਹੈ ਜੀ ਕਿ ਅਸੀਂ 1500 ਰੁਪਿਆ ਦੇਵਾਂਗੇ ਪੈਨਸ਼ਨ 51000 ਛਗਣ ਦੇਵਾਂਗੇ ਪਰ ਅਨਾਉਂਸਮੈਂਟ ਹੀ ਹੈ ਨਾ ਕਹਿੰਦੇ ਕਰਾਂਗੇ ਗਾਂ ਜੁਲਾਈ ਤੋਂ ਲਾਗੂ ਜੁਲਾਈ ਤੋਂ ਬਾਅਦ ਤਾਂ 2 ਮਹੀਨਿਆਂ ਨੂੰ ਕੋਟ ਲੱਗ ਜਾਣਾ ਸਤੰਬਰ ਅਕਤੂਬਰ ਚ ਫੇਰ ਸਰਕਾਰ ਦੇ ਪੱਲੇ ਕੀ ਕਿਉਂ ਟੇਵਾ ਕਢਾਇਆ ਜੁਲਾਈ ਦਾ ਸੋ ਗੱਲ ਮੇਰੀ ਕਹਿਣ ਤੋਂ ਭਾਵੇਂ ਹੈ ਨਾ ਕੋਈ ਆਟੇ ਦਾਲ ਦੇ ਨਾਲ ਕੋ ਖੰਡ ਘਿਓ ਦਾ ਚਾਹ ਪੱਤੀ ਦਾ ਜ਼ਿਕਰ ਨਾ ਗਰੀਬਾਂ ਵਾਸਤੇ ਘਰਾਂ ਦਾ ਜ਼ਿਕਰ ਤੇ ਇਹ ਸਰਕਾਰ ਦਾ ਇੱਕ ਫੇਲਿਅਰ ਬਜਟ ਸਾਬਤ ਹੋਇਆ ਦੇਖੋ ਇਹ ਸਰਕਾਰ ਇੱਕ ਗੱਲ ਕਹਿੰਦੀ ਹੁੰਦੀ ਸੀ ਮਨਪ੍ਰੀਤ ਤੇ ਕੈਪਟਨ ਅਮਰਿੰਦਰ ਸਿੰਘ ਕਿ ਇਹ ਨਾ ਕਰਜ਼ਾ ਬੜਾ ਪੰਜਾਬ ਤੇ ਚੜਾ ਗਏ ਤੇ ਇਹਨਾਂ ਦੀ ਸਰਕਾਰ ਦੀ ਪਰਫਾਰਮੈਂਸ ਅੱਜ ਮੇਰੇ ਕੋਲ ਫਿਗਰ ਹੈ ਆ ਇਨਕਰੀਜ਼ ਇਨ ਸਟੇਟ ਡੈਟ ਪਿਛਲੇ 4 ਸਾਲਾਂ ਚ 1 ਲੱਖ ਕਰੋੜ ਰੁਪਇਆ ਇਹ ਸਰਕਾਰ ਨੇ ਪੰਜਾਬ ਦੇ ਉੱਤੇ ਨਵਾਂ ਕਰਜ਼ਾ ਚੜਾਇਆ ਤੁਸੀਂ ਮੰਨੋਗੇ 70 ਸਾਲਾਂ ਦੇ ਇਤਿਹਾਸ 'ਚ 2000 ਜੇ ਮੈਂ 17 ਤੱਕ ਦੀ ਗੱਲ ਕਰਾਂ 70 ਸਾਲ ਜਿਹੜਾ ਆਜ਼ਾਦੀ ਹੋਈ ਸੀ ਉਦੋਂ ਤੱਕ ਉਦੋਂ ਤੱਕ 1.5 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਸੀ ਤੇ 4 ਸਾਲਾਂ 'ਚ ਲੱਖ ਕਰੋੜ ਇਹਨਾਂ ਨੇ ਹੋਰ ਚੜਾਤਾ ਪਰ ਉਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਕਰਜ਼ਾ ਤਾਂ ਚੜਾਤਾ ਪਰ ਹਿੰਦੁਸਤਾਨ ਦੇ ਵਿੱਚ ਪੰਜਾਬ ਇੱਕ ਵਾਹਦ ਸੂਬਾ ਹੈ ਜਿਨੇ ਸੋਸ਼ਲ ਸੈਕਟਰ ਸਪੈਂਡਿੰਗ ਤੇ ਪੈਸਾ ਘਟਾਤਾ ਹੁਣ ਸੋਸ਼ਲ ਸੈਕਟਰ ਸਪੈਂਡਿੰਗ ਕੀ ਆ ਮੈਂ ਤੁਹਾਡੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹਣਾ ਸੋਸ਼ਲ ਸੈਕਟਰ ਸਪੈਂਡਿੰਗ ਚ ਆਉਂਦਾ ਐਜੂਕੇਸ਼ਨ ਹੈਲਥ ਤੇ ਗਰੀਬਾਂ ਵਾਸਤੇ ਤੇ ਨੌਜਵਾਨਾਂ ਵਾਸਤੇ ਸੋਸ਼ਲ ਵੈਲਫੇਅਰ ਸਕੀਮਸ ਹੁਣ ਆ ਅੰਕੜੇ ਆ ਆਰਬੀਆਈ ਦੇ ਇਹ ਮੇਰੇ ਅੰਕੜੇ ਨਹੀਂ ਐ ਤੁਸੀਂ ਦੇਖੋ ਪੰਜਾਬ ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 2016-17 ਚ ਇੱਕ ਸਾਲ ਦੇ ਵਿੱਚ 48270 ਕਰੋੜ ਰੁਪਇਆ ਸੋਸ਼ਲ ਸੈਕਟਰ ਸਪੈਂਡਿੰਗ ਸੀ ਇੱਕ ਸਾਲ ਚ ਤੇ ਪਿਛਲੇ ਸਾਲ ਇਹਨਾਂ ਨੇ ਕਿੰਨੀ ਕੀਤੀ 24896 ਕਰੋੜ ਰੁਪਇਆ 50% ਦੀ ਗਰਾਵਟ ਹੈ ਕਰਜ਼ਾ ਤੁਸੀਂ ਚੜਾਈ ਜਾਂਦੇ ਹੋ ਲੋਕਾਂ ਦੀ ਸਹੂਲਤ ਵਾਸਤੇ ਲੋਕਾਂ ਦੀਆਂ ਸਕੀਮਾਂ ਵਾਸਤੇ ਲੋਕਾਂ ਦੇ ਭਲੇ ਵਾਸਤੇ ਤੁਸੀਂ ਪੈਸਾ ਖਰਚ ਨਹੀਂ ਰਹੇ ਪੈਸਾ ਜਾਂਦਾ ਕਿੱਥੇ ਹੈ ਸਵਾਲ ਤਾਂ ਇਹ ਹੈ ਸਰਕਾਰ ਨੂੰ ਇੰਨੀ ਮਾੜੀ ਹਾਲਾਤ ਹੈ ਸਰਕਾਰ ਤਾਂ ਡਿਪੈਂਡੈਂਟ ਹੀ ਜਿਹੜੀਆਂ ਸੈਂਟਰ ਤੋਂ ਗ੍ਰਾਂਟਾਂ ਆਉਂਦੀਆਂ ਨਾ ਐਵੇਂ ਨਹੀਂ ਅਸੀਂ ਕਹਿੰਦੇ ਮਿਲੀ ਭੁਗਤ ਦੀ ਸਰਕਾਰ ਹੈ ਕਿਉਂਕਿ ਜੇ ਸੈਂਟਰ ਗ੍ਰਾਂਟਾਂ ਬੰਦ ਕਰ ਦੇਵੇ ਇਹ ਸਰਕਾਰ ਤਾਂ ਅੱਜ ਬੰਦ ਹੋ ਜਾਵੇ ਕਿਉਂਕਿ ਦੋ ਦੋ ਸਾਧਨ ਹੁੰਦੇ ਆ ਸਰਕਾਰ ਕੋਲੇ ਇੱਕ ਤਾਂ ਕੇਂਦਰ ਤੋਂ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਇੱਕ ਹੁੰਦੀ ਹੈ ਆਪਦੀ ਓਨ ਟੈਕਸ ਰੈਵਨਿਊ ਓਨ ਟੈਕਸ ਰੈਵਨਿਊ ਦੇ ਵਿੱਚ ਫਿਰ ਪੰਜਾਬ ਸਭ ਤੋਂ ਸਲੋਇਸਟ ਗਰੋਇੰਗ ਸਟੇਟ ਇਨ ਦਾ ਕੰਟਰੀ ਤੁਸੀਂ ਵੇਖੋ ਹਰਿਆਣਾ 37000 ਤੋਂ 47000 ਤੇ ਪਹੁੰਚ ਗਿਆ 4 ਸਾਲਾਂ ਚ ਪੰਜਾਬ 30000 ਤੋਂ 33000 ਤੇ ਪਹੁੰਚਿਆ ਜੇ ਰਾਜਸਥਾਨ 46 ਤੋਂ 70 ਤੇ ਚਲਾ ਗਿਆ 50 50% ਦੀ ਜੰਪ ਮਾਰੀ ਹੈ ਇਹਨਾਂ ਨੇ ਤੇ ਪੰਜਾਬ ਜਿਹੜਾ ਉਹ ਸਿਰਫ 11% ਤੇ ਗਰੋਅ ਕਰ ਰਿਹਾ ਜਿੱਥੇ ਮੈਂ ਸੋਸ਼ਲ ਸੈਕਟਰ ਦੀ ਗੱਲ ਕਰ ਰਿਹਾ ਸੀ ਹਿੰਦੁਸਤਾਨ ਦੇ ਵਿੱਚ ਵਾਹਿਦ ਇੱਕੋ ਹੀ ਪੰਜਾਬ ਸੂਬਾ ਹੈ ਜਿਨੇ ਸੋਸ਼ਲ ਸੈਕਟਰ ਚ 5 ਸਾਲਾਂ ਚ ਪੈਸੇ ਘਟਾਏ ਹੈ ਮੈਂ ਜਿਵੇਂ ਦੱਸਿਆ ਪੰਜਾਬ ਤਾਂ ਆ ਗਿਆ 48000 ਕਰੋੜ ਤੋਂ 24000 ਕਰੋੜ ਤੇ ਬਿਹਾਰ ਵੇਖ ਲਓ 60000 ਕਰੋੜ ਲਾਉਂਦਾ ਸੀ 2016-17 ਚ ਅੱਜ 1 ਲੱਖ 20000 ਕਰੋੜ ਰੁਪਇਆ ਲਾਉਂਦਾ ਹੈ ਸੋਸ਼ਲ ਸੈਕਟਰ ਤੇ ਹਰਿਆਣਾ 30000 ਲਾਉਂਦਾ ਸੀ ਅੱਜ 46000 ਲਾਉਂਦਾ ਉਹ 30 ਤੋਂ 46 ਤੇ ਚਲੇ ਗਏ ਗਵੰਡੀ ਸੂਬਾ ਤੇ ਆਪਾਂ 48 ਤੋਂ 24 ਤੇ ਆ ਗਏ ਤੇ ਫਿਰ ਇਹ ਸਰਕਾਰ ਬਣਾਈ ਕਾਦੇ ਹੱਸਤੇ ਲੋਕਾਂ ਨੇ ਇਹ ਬਜਟ ਇੱਕ ਖੋਖਲਾ ਬਜਟ ਲੋਕਾਂ ਤੋਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਝੋਕਣ ਵਾਸਤੇ ਧੋਖਾ ਕੀਤਾ ਹੈ ਇਹਨਾਂ ਨੇ ਫਿਗਰਜ਼ ਫੱਜ ਕੀਤੇ ਆ ਇਹਨਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੈਟ ਹੈ ਡੀਜ਼ਲ ਤੇ ਪੈਟਰੋਲ ਤੇ ਹਿੰਦੁਸਤਾਨ ਚ 25-25 ਰੁਪਏ ਲੀਟਰ ਮਗਰ ਲੈਂਦੇ ਆ ਤੇ ਜੇ ਲੋਕਾਂ ਨੂੰ ਰਾਹਤ ਦਿੰਦੇ ਘਟਾਉਂਦੇ ਕਿਉਂ ਨਹੀਂ ਬਿਜਲੀ ਦੀਆਂ ਦਰਾਂ ਸਭ ਤੋਂ ਵੱਧ ਆ ਪੰਜਾਬ ਚ ਇਹ ਮਗਰਲੇ ਚਾਰ ਸਾਲਾਂ ਚ 17 ਕੇ 18 ਆਰੀ ਬਿਜਲੀ ਦੇ ਰੇਟ ਵਧ ਗਏ ਉਹਨੂੰ ਘਟਾਉਂਦੇ ਕਿਉਂ ਨਹੀਂ ਤੇ ਰੈਵਨਿਊ ਇਹਨਾਂ ਦਾ ਪਤਾ ਨਹੀਂ ਕਿੱਥੇ ਜਾ ਰਿਹਾ ਕਿਉਂਕਿ ਲੁੱਟ ਇਹੋ ਜਿਹੀ ਮਚਾਈ ਹੋਈ ਹੈ ਇਹਨਾਂ ਦੇ ਐਮਐਲਏ ਨੇ ਇਹਨਾਂ ਦੇ ਆਗੂਆਂ ਨੇ ਜੋ ਸਰਕਾਰ ਦੇ ਵਸੀਲੇ ਆ ਚਾਹ ਹੋ ਮਾਈਨਿੰਗ ਹੈ ਚਾਹੇ ਸ਼ਰਾਬ ਹੈ ਸ਼ਰਾਬ ਦੇ ਵਿੱਚ ਸਾਲ ਪਹਿਲਾਂ ਤੁਹਾਨੂੰ ਦਿਖਾਇਆ ਸੀ 5500 ਕਰੋੜ ਦੀ ਲੁੱਟ ਹੋਈ ਮਾਈਨਿੰਗ ਚ ਤਾਂ ਹਜ਼ਾਰਾਂ ਕਰੋੜਾਂ ਦੀ ਲੁੱਟ ਹੋ ਗਈ ਮੇਰੇ ਕੋਲੇ ਸ਼ਾਇਦ ਇੱਕ ਹੋਰ ਫਿਗਰ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਤਿੰਨ ਮਹੀਨਾਂ ਦਾ ਸਰਵੇ ਕੀਤਾ ਹੈ ਕੇਂਦਰ ਦੀਆਂ ਏਜੰਸੀਆਂ ਨੇ ਤਿੰਨ ਮਹੀਨਾ ਦੇ ਕੇਵਲ ਤਿੰਨ ਮਹੀਨਾ ਬਾਈ ਨੇਮ 300 ਕਰੋੜ ਦੀ ਲੁੱਟ ਹੋਈ ਹੈ ਤਿੰਨ ਮਹੀਨਾਂ ਚ ਤੇ ਤੁਸੀਂ ਵੇਖ ਲਓ ਇੱਥੇ 200 ਮਹੀਨਾ ਪੰਜਾਬ ਚ ਹਿਸਾਬ ਲਾ ਲਓ ਕਿੱਥੇ ਗਿਆ ਪੈਸਾ ਸੋ ਖੋਖਲਾ ਬਜਟ ਤੇ ਲੋਕਾਂ ਨਾਲ ਧੋਖਾ ਕੀਤਾ ਹੈ ਜਿਹੜੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਸਮਾਂ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਗੁਟਕਾ ਸਾਹਿਬ ਦੀ ਸੌਂ ਝੂਠੀ ਖਾਦੀ ਐ ਸੌਂ ਖਾ ਕੇ ਮੁਕਰ ਗਏ ਐ ਤੇ ਆਉਣ ਵਾਲੇ ਸਮੇਂ ਚ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ ਤੁਸੀਂ ਵੈਸੇ ਤਾਂ ਬੜੀ ਬਰੀਕੀ ਦੇ ਨਾਲ ਦੱਸਿਆ ਪਰ ਜਿਹੜੇ ਮਜ਼ਦੂਰ ਤੇ ਕਿਸਾਨ ਐ ਉਹ ਬੜੇ ਹੁਣ ਖੁਸ਼ ਹੋ ਰਹੇ ਐ ਕਿ ਸਾਡੇ ਕਰਜ਼ਿਆਂ ਤੇ ਲਿਖ ਵੱਜ ਜਾਣੀ ਐ ਔਰਤਾਂ ਖੁਸ਼ ਹੋ ਰਹੀਆਂ ਐ ਵੀ ਹੁਣ ਸਾਨੂੰ ਕੋਈ ਟਿਕਟ ਨਹੀਂ ਦੇਣੀ ਪੈਣੀ ਨਹੀਂ ਮੈਨੂੰ ਕਿਸਾਨ ਤੇ ਮਜ਼ਦੂਰਾਂ ਵੱਲੋਂ ਤਾਂ ਕੋਈ ਖੁਸ਼ੀ ਨਹੀਂ ਅਜੇ ਤੱਕ ਮੈਂ ਅਖਬਾਰਾਂ ਚ ਵੀ ਦੇਖਿਆ ਐ ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂਆਂ ਦੀਆਂ ਸਟੇਟਮੈਂਟਸ ਆਈਆਂ ਕਿ ਇਹਨਾਂ ਨੇ ਸਾਡੇ ਨਾਲ 90000 ਕਰੋੜ ਰੁਪਇਆ ਮਾਫ ਕਰਨ ਦਾ ਵਾਅਦਾ ਕੀਤਾ ਸੀ ਠੀਕ ਹੈ ਪਿਛਲੇ ਸਾਲ 2000 ਕਰੋੜ ਰੁਪਇਆ ਰੱਖਿਆ ਇਹਨਾਂ ਨੇ ਕਰਜ਼ਾ ਮਾਫੀ ਵਾਸਤੇ ਸਿੰਗਲ ਰੁਪਇਆ ਰਿਲੀਜ਼ ਨਹੀਂ ਕੀਤਾ ਉਸ ਤੋਂ ਪਿਛਲੇ ਸਾਲ 3000 ਕਰੋੜ ਰੁਪਇਆ ਰੱਖਿਆ ਇਹਨਾਂ ਨੇ ਕਰਜ਼ਾ ਮਾਫੀ ਵਾਸਤੇ ਸਿੰਗਲ ਰੁਪਇਆ ਰਿਲੀਜ਼ ਨਹੀਂ ਕੀਤਾ ਐਤਕੀ 1700 ਕਰੋੜ ਰੁਪਇਆ ਫੇਰ ਰੱਖਤਾ ਪਿਛਲੇ ਤੱਕ ਜਿਹੜੇ ਅਨਾਉਂਸਮੈਂਟਾਂ ਕਰਕੇ ਦਿੰਦੇ ਨਹੀਂ ਤੇ ਦੇਣੇ ਇਹਨਾਂ ਨੇ ਕੀ ਆ 1700 ਵੀ ਨਹੀਂ ਦੇਣਾ ਪਰ ਦੇਣਾ ਵਾਅਦਾ ਤਾਂ 90 ਹਜ਼ਾਰ ਕਰੋੜ ਦਾ ਸੀ ਇਹ ਸਾਰੀਆਂ ਬਜਟ ਦੀਆਂ ਫਿਗਰਸ ਐ ਜਿਹੜੀਆਂ ਮੈਂ ਤੁਹਾਨੂੰ ਕੋਟ ਕਰਕੇ ਦੱਸ ਰਿਹਾ ਮੈਂ ਆਪ ਦੇ ਕੋਲੋਂ ਕੋਈ ਫਿਗਰ ਨਹੀਂ ਦੱਸ ਰਿਹਾ ਹੁਣ 21 22 ਦਾ ਬਜਟ ਪੇਸ਼ ਹੋਇਆ 19 20 ਚ 3000 ਕਰੋੜ ਰੱਖਿਆ ਸੀ 20 21 ਚ 2000 ਕਰੋੜ ਰੱਖਿਆ ਸੀ ਸਿੰਗਲ ਪੈਸੇ ਦੀ ਰਿਲੀਜ਼ ਨਹੀਂ ਐ ਕਿਸਾਨੀ ਪੱਕੀ ਤਾਂ ਇਹਨਾਂ ਦੀ ਸੋਚ ਜਿਹੜੀ ਐ ਉਹ ਇਤੋਂ ਹੀ ਯਾਰ ਹੋ ਜਾਂਦੀ ਹੈ ਕਿ ਕੇਂਦਰ ਦੀ ਇੱਕ ਬੜੀ ਵੱਡੀ ਸਕੀਮ ਹੈ ਆਰ ਕੇ ਵੀ ਬਾਈ ਜਿਹਦਾ ਹਰ ਕਿਸਾਨ ਲਾਭ ਉਠਾਉਂਦਾ ਹੈ ਰਾਸ਼ਟਰੀ ਖੇਤੀ ਵਿਗਿਆਨ ਯੋਜਨਾ ਉਹਦੇ ਚ 60 ਪੈਸੇ ਸੈਂਟਰ ਦਿੰਦੀ ਹੈ 40 ਪੈਸੇ ਸੂਬਾ ਦਿੰਦਾ ਹੈ ਅਕਾਲੀ ਦਲ ਦੀ ਸਰਕਾਰ ਦੇ 4-5 ਸਾਲਾਂ ਦੌਰਾਨ 1400 1450 ਕਰੋੜ ਦੀ ਸਾਨੂੰ ਅਲੋਕੇਸ਼ਨ ਹੋਈ ਸੀ ਜਿਹਦੇ ਚੋਂ ਤਕਰੀਬਨ 1250 ਕਰੋੜ ਰੁਪਈਆ ਸੀ ਯੂਟਿਲਾਈਜ਼ ਕੀਤਾ ਸੀ ਤੇ ਇਹਨਾਂ ਨੇ 4 ਸਾਲਾਂ ਚ 1000 ਕਰੋੜ ਦੀ ਯੂਟਿਲਾਈਜੇਸ਼ਨ ਸੀ ਕੇਵਲ 80 ਕਰੋੜ ਰੁਪਈਆ ਇਹਨਾਂ ਨੇ ਯੂਟਿਲਾਈਜ਼ ਕੀਤਾ ਤੇ ਕੀ ਤੁਸੀਂ ਕਰੋਗੇ ਯਾਰ ਜੇ ਤੁਸੀਂ ਕੇਂਦਰ ਤੋਂ ਆਇਆ ਪੈਸਾ ਨਹੀਂ ਯੂਟਿਲਾਈਜ਼ ਕਰ ਸਕਦੇ 1000 ਚੋਂ 920 ਮੁੜ ਗਿਆ ਤੇ ਫਿਰ ਤੁਸੀਂ ਕਰੋਗੇ ਕੀ ਲੋਕਾਂ ਵਾਸਤੇ ਦੂਜੀ ਵੱਡੀ ਮਾਰ ਵੇਖੋ ਅੱਜ ਅਖਬਾਰਾਂ ਚ ਆਈ ਹੈ ਜਿਹੜੀ ਗੱਡੀਆਂ ਦੀ ਰਜਿਸਟ੍ਰੇਸ਼ਨ ਵਧਾਤੀ ਹੁਣ ਅੱਜ ਤੁਸੀਂ ਗੱਡੀ ਲੈਣ ਜਾਂਦੇ ਹੋ ਕੋਈ ਤੁਸੀਂ ਨੋਵਾ ਲੈ ਲਈ 20 ਲੱਖ ਤੋਂ ਉੱਪਰ ਹੈ ਨੋਵਾ 20 ਲੱਖ ਦੀ ਗੱਡੀ ਤੇ 4 ਲੱਖ ਰੁਪਇਆ 20% ਕੋਈ ਵੀ ਗੱਡੀ ਆ 4 ਰੁਪਇਆ ਵਾਹਨ 20% ਉਹਦੇ ਤੇ ਲਾਤਾ ਰਜਿਸਟ੍ਰੇਸ਼ਨ ਟੈਕਸ 4 ਲੱਖ ਰੁਪਇਆ ਤੇ ਤੁਹਾਨੂੰ ਰਜਿਸਟ੍ਰੇਸ਼ਨ ਤੇ ਲੱਗਣੇ ਆ ਤੇ ਆਰਸੀ ਤੇ ਤਾਂ ਬੰਦਾ ਚਾਏ ਚੜ ਜਾਏ 4 ਲੱਖ ਚ ਤਾਂ ਦੋ ਐਲਟੋ ਆ ਜਾਈਆਂ ਆ ਜਾਂਦੀਆਂ ਸੀ ਗੱਡੀ ਕਿੱਥੋਂ ਲਊਗਾ ਬੰਦਾ ਮੋਟਰਸਾਈਕਲ ਹੈ ਉਹਦੇ ਤੇ 20% ਕਰਤਾ ਜੀ ਟਰੱਕਾਂ ਤੇ 50% ਹੁਣ 30 ਲੱਖ ਦੀ ਟਰੱਕ ਦੀ ਚੈਸੀ ਆ 15 ਲੱਖ ਰੁਪਇਆ ਰਜਿਸਟ੍ਰੇਸ਼ਨ ਕਰਤੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਡੀ ਮੂਰਖਤਾ ਯਾਰ ਇਹ ਸਰਕਾਰ ਦੀ ਫਾਰਮ ਹਾਊਸ 'ਚ ਬੈਠੇ ਫੈਸਲੇ ਕਰੀ ਜਾਂਦੇ ਇਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਦਾ ਹਾਲ ਕੀ ਐ ਲੋਕਾਂ ਦਾ ਖਚੂੰਬਰ ਤਾਂ ਪਹਿਲਾਂ ਨਿਕਲਿਆ ਪਿਆ ਸੂਬੇ ਦੀਆਂ ਪਾਲਿਸੀਆਂ ਕਰਕੇ ਕਰੋਨਾ ਦੀਆਂ ਪਾਲਿਸੀਆਂ ਕਰਕੇ ਸਰਕਾਰ ਨੇ ਜੋ ਕੀਤੀਆਂ ਐ ਕਰੋਨਾ ਦੀ ਮਾਰ ਪਈ ਐ ਹਰ ਕਾਰੋਬਾਰ ਨੂੰ ਤੁਸੀਂ ਯਾਰ 50 50% ਜੇ ਟਰੱਕ ਬਣਿਆ ਬਨਾਇਆ ਲੈਨੇਓ ਉਹ 40% ਐ ਤੇ ਜੇ ਛੈਸੀ ਲਿਆਉਣੇਓ 50% ਐ ਯਾਰ ਕਿੱਥੋਂ ਪਰ ਦੂਗਾ ਰਮਣਾ ਸਾਹਿਬ ਤੁਸੀਂ ਤਾਂ ਇਹ ਦੱਸਤਾ ਵੀ ਕੋਈ ਇਹ ਤਾਂ ਜਿਹੜਾ ਬਜਟ ਜਿਹੜਾ ਆਖਰੀ ਬਜਟ ਰਾਤ ਨਹੀਂ ਬੋਝ ਆ ਲੋਕਾਂ ਤੇ ਤੇ ਜੇ ਆਪਾਂ ਮੰਨ ਵੀ ਲਈਏ ਕਿਤਨੇ ਕਿਤੇ ਵੋਟਾਂ ਨੂੰ ਲੈ ਕੇ ਜੇ ਇਹ ਰਾਸ ਦੇ ਰਹੇ ਐ ਤੇ ਪਿਛਲੇ ਸਮੇਂ ਦੇ ਜਿਹੜੀ ਕੇਂਦਰ ਸਰਕਾਰ ਨੇ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਗੱਲ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਵੀ 22 ਤੋਂ 3 ਸਾਲ ਲਈ ਅਸੀਂ ਕਿਸੇ ਜਿਹੜੇ ਕਾਨੂੰਨ ਰੱਦ ਕਰ ਦਿੰਨੇ ਲੱਗਦਾ ਨਹੀਂ ਕਿਤੇ ਨਾ ਕਿਤੇ ਉਹਨਾਂ ਦੀ ਵੀ ਜਿਹੜਾ 2024 ਦੀਆਂ ਚੋਣਾਂ ਨੂੰ ਲੈ ਕੇ ਲਾਲਚ ਦੇਣ ਦੀ ਗੱਲ ਸੀ ਦੇਖੋ ਕੇਂਦਰ ਤੇ ਕਾਂਗਰਸ ਕੇਂਦਰ ਦੀ ਬੀਜੇਪੀ ਸਰਕਾਰ ਤੇ ਕਾਂਗਰਸ ਪਾਰਟੀ ਰਲ ਕੇ ਮੈਚ ਖੇਡ ਰਹੇ ਆ ਫਿਕਸਡ ਮੈਚ ਚੱਲ ਰਿਹਾ ਹੈ ਕਾਨੂੰਨ ਪਾਰਲੀਮੈਂਟ ਚ ਪਾਸ ਨਹੀਂ ਹੋ ਸਕਦਾ ਸੀ ਜੇ ਕਾਂਗਰਸ ਉਹਨਾਂ ਦਾ ਸਾਥ ਨਾ ਦਿੰਦੀ ਜਿੱਦਾਂ ਕਾਨੂੰਨ ਪਾਰਲੀਮੈਂਟ ਚ ਆਉਂਦੇ ਆ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਜਹਾਜ਼ ਚੜ੍ਹ ਕੇ ਬਾਹਰ ਚਲੇ ਜਾਂਦੇ ਆ ਜਿੱਦਾਂ ਪਾਸ ਹੋ ਜਾਂਦੇ ਆ ਉਸੇ ਦਿਨ ਵਾਪਸ ਆ ਜਾਂਦੇ ਆ ਇਹ ਇਹਦਾ ਕੀ ਸੰਕੇਤ ਲਵੋਗੇ ਤੁਸੀਂ ਰਾਜ ਸਭਾ ਦੇ ਵਿੱਚ ਕਾਂਗਰਸ ਦੀ ਜਿਹੜੀ ਲੈਡ ਆਪੋਜੀਸ਼ਨ ਹੈ ਉਦੇ ਐਮਪੀ ਵੱਧ ਹੈ ਬੀਜੇਪੀ ਦੇ ਐਮਪੀ ਘੱਟ ਹੈ ਤੇ ਕਾਨੂੰਨ ਫੇਰ ਪਾਸ ਹੋ ਜਾਂਦੇ ਆ ਕੀ ਸਮਝੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਜ਼ਰਤ ਨਹੀਂ ਹੈ ਕਿ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੋਂ ਬਿਨਾ ਪੈਰ ਵੀ ਪੱਟ ਜਵੇ ਕਿਤੇ ਇਹ ਫਿਕਸਡ ਮੈਚ ਚੱਲ ਰਿਹਾ ਹੈ ਇਹ ਸਭ ਲੋਕ ਸਮਝ ਗਏ ਆ ਇਹ ਜਿੰਨਾ ਮਰਜੀ ਸੋਚਣਾ ਆਪ ਦੇ ਮਹਿਲਾ ਚ ਬੈ ਕੇ ਕਿ ਲੋਕ ਮੂਰਖਾ ਲੋਕ ਸਮਝਦੇ ਨਹੀਂ ਲੋਕ ਸਭ ਸਮਝਦੇ ਆ ਆਉਣ ਵੇਲੇ ਇਹਨਾਂ ਨੂੰ ਸਬਕ ਸਿਖਾਉਣਗੇ ਇਹਨਾਂ ਨੂੰ ਇੱਕ ਰਮਨ ਸਿੰਘ ਜਿਵੇਂ ਹੁਣ ਇੱਕ ਪਾਸੇ ਤਾਂ ਜਿਹੜਾ ਅਮਬਾਨੀਆਂ ਦੇ ਜੋ ਵੀ ਕਾਰੋਬਾਰ ਆ ਉਸ ਦੇ ਉੱਤੇ ਜਿਹੜਾ ਜਥੇਬੰਦੀਆਂ ਪੂਰਾ ਜਿਹੜਾ ਜ਼ੋਰ ਲਾ ਰਹੀ ਹੈ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਦੂਜੇ ਪਾਸੇ ਇਹ ਜਾਣਕਾਰੀ ਮਿਲੀ ਹੈ ਕਿ ਪਾਵਰ ਕਾਮ ਹੈ ਜਿਹੜੀ ਆਪਣੇ ਜਿਹੜੇ ਮੁਲਾਜ਼ਮਾਂ ਨੂੰ ਸਿਮ ਦੇਣ ਜਾ ਰਹੀ ਹੈ ਤੇ ਕਿਤਨੇ ਕਿਤੇ ਅਧਿਕਾਰੀਆਂ ਨੇ ਜ਼ਰੂਰ ਕਿਹਾ ਸਾਥੋਂ ਗਲਤੀ ਨਾਲ ਜਿਉਂ ਲਿਖੇ ਗਏ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਮਿਲੀ ਭੋਗਤਾ ਹੈ ਅਮਿਤ ਸ਼ਾਹ ਦਾ ਟੈਲੀਫੋਨ ਕੈਪਟਨ ਨੂੰ ਆਇਆ ਹੋਣਾ ਹੈ ਤੇ ਕੈਪਟਨ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਪੀਐਸਪੀਸੀਐਲ ਵਾਲਿਆਂ ਨੂੰ ਕਹਿਤਾ ਕਿ Jio ਦੇ SIM ਲਓ ਜੀ ਪਹਿਲਾਂ ਤਾਂ ਕਹਿੰਦੇ ਸੀ Jio ਬੰਦ ਕਰਾ ਦੇਣਾ ਅਸੀਂ ਟਾਵਰ ਪੱਟ ਦੇਨੇ ਆ ਅਸੀਂ ਐ ਕਰ ਦੇਣਾ ਅਸੀਂ ਓਹ ਕਰ ਦੇਣਾ ਤੇ ਹੁਣ ਕਹਿੰਦੇ Jio ਦੇ SIM ਲੈ ਲਓ ਮੈਂ ਜਿਹੜੀ ਗੱਲ ਮੈਂ ਕਹਿ ਕੇ ਹਟਿਆ ਤੁਸੀਂ ਉਹਦੀ ਪੁਸ਼ਟੀ ਕਰਤੀ ਕਿ ਇਹ ਫਿਕਸਡ ਮੈਚ ਚੱਲ ਰਿਹਾ ਹੈ ਭਾਜਪਾ ਦੇ ਵਿੱਚ ਤੇ ਕਾਂਗਰਸ ਪਾਰਟੀ ਦੇ ਵਿੱਚ ਹੁਣ Jio ਦੇ SIM 'ਚ ਕੋਈ ਵੱਖਰਾ ਟੈਲੀਫੋਨ ਆ ਜਾਂਦਾ ਪਹਿਲਾਂ Vodafone ਦੇ ਸੀ ਕਿ Vodafone 'ਚ ਗੱਲ ਨਹੀਂ ਹੁੰਦੀ ਜੀਓ ਚ ਵੱਖਰੀ ਗੱਲ ਹੁੰਦੀ ਹੈ ਇਹ ਹਜੇ ਸਿਮਾ ਤੋਂ ਚੱਲਿਆ ਤੁਸੀਂ ਵੇਖਿਓ ਇਹਦਾ ਸਾਰਾ ਸੂਬਾ ਕੈਪਟਨ ਨੇ ਅੰਬਾਨੀਆਂ ਤੇ ਅਡਾਨੀਆਂ ਦੇ ਹਵਾਲੇ ਕਰ ਦੇਣਾ ਰਵਨੀਤ ਬਿੱਟੂ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਜਿਹੜਾ तिरਦਾ ਅਗੂ ਲਗਾਇਆ ਗਿਆ ਤੇ ਉਹਨੇ ਨਾਲ ਹੀ ਇੱਕ ਚੈਨਲ ਤੇ ਇਹ ਵੀ ਕਿਹਾ ਹੈ ਕਿ ਸਾਡਾ ਜਿਹੜਾ ਵਿਰੋਧੀਆਂ ਦਾ ਕੰਮ ਹੈ ਸਰਕਾਰ ਤੱਕ ਗੱਲ ਪਹੁੰਚਾਉਣੀ ਜੇ ਕੋਈ ਸਰਕਾਰ ਕੋਈ ਉੱਥੇ ਆਪਦੀ ਗੱਲ ਰੱਖਦੀ ਹੈ ਉਹਦਾ ਵਿਰੋਧ ਕਰਨਾ ਨਾ ਕਿ ਸੜਕਾਂ ਰੋਕਣੀਆਂ ਜਾਂ ਬੰਦ ਕਰਕੇ ਬਾਹਰ ਨਿਕਲ ਜਾਣਾ ਕਿਤੇ ਇਹ ਇਸ਼ਾਰਾ ਤਾਂ ਨਹੀਂਗਾ ਵੀ ਜਿਹੜਾ ਪਿਛਲੇ ਦਿਨੀ ਜਿਹੜਾ ਕਾਲੀਦਾਲ ਸੜਕਾਂ ਤੇ ਆਇਆ ਸੀ ਸੈਸ਼ਨ ਤੋਂ ਬਾਹਰ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਰਵਨੀਤ ਬਿੱਟੂ ਇੱਕ ਲੀਡਰ ਕਾਂਗਰਸ ਦਾ ਇਹੋ ਜਿਹਾ ਹੈ ਜਿਨੇ ਜਦੋਂ ਦੀ ਇਹ ਐਜੀਟੇਸ਼ਨ ਚੱਲੀ ਹੈ ਉਦੋਂ ਦੀ ਇਸ ਐਜੀਟੇਸ਼ਨ ਨੂੰ ਕਮਜ਼ੋਰ ਕਰਨ ਵਾਸਤੇ ਇਸ ਐਜੀਟੇਸ਼ਨ ਨੂੰ ਵੀਕਨ ਕਰਨ ਵਾਸਤੇ ਇਸ ਐਜੀਟੇਸ਼ਨ ਨੂੰ ਢਾਹ ਲਾਉਣ ਵਾਸਤੇ ਉਹਨੇ ਕੰਮ ਕੀਤਾ ਕੋਈ ਇੰਟਰਵਿਊ ਕੋਈ ਸਟੇਟਮੈਂਟ ਕੱਢ ਲਓ ਕੇਂਦਰ ਦੇ ਖਿਲਾਫ ਘੱਟ ਬੋਲਦਾ ਸੀ ਕਿਸਾਨ ਆਗੂਆਂ ਦੇ ਖਿਲਾਫ ਵੱਧ ਬੋਲਦਾ ਸੀ ਕੇਂਦਰ ਦੇ ਖਿਲਾਫ ਘੱਟ ਬੋਲਦਾ ਸੀ ਕਿਸਾਨ ਆਗੂਆਂ ਦੇ ਸੰਘਰਸ਼ ਦੇ ਖਿਲਾਫ ਵੱਧ ਬੋਲਦਾ ਸੀ ਸਾਰੀਆਂ ਟਿੱਪਣੀਆਂ ਉਹਦੀਆਂ ਜੋ ਸੀ ਉਹ ਕਿਸਾਨੀ ਦੇ ਉਲਟ ਕਰਦਾ ਸੀ ਤੇ ਕਾਂਗਰਸ ਨੇ ਉਹਨੂੰ ਵੱਡਾ ਅਹੁਦਾ ਬਖਸ਼ਤਾ ਤੇ ਫਿਰ ਇਹ ਤਾਂ ਕੋਈ ਤੁਹਾਡੇ ਸਾਹਮਣੇ ਹੀ ਹੈ ਨਾ ਗੱਲ ਜਿਹੜੀ ਮੈਂ ਕਹਿ ਰਿਹਾ ਫਿਕਸਡ ਮੈਚ ਚੱਲ ਰਿਹਾ ਹੁਣ ਪਾਰਲੀਮੈਂਟ 'ਚ ਉਹਨਾਂ ਦਾ ਲੀਡਰ ਬਣ ਗਿਆ ਤੇ ਕਿਸਾਨੀ ਸੰਘਰਸ਼ ਦੇ ਖਿਲਾਫ ਫੇਰ ਬੋਲੂਗਾ ਉਹਨੇ ਤਾਂ ਨਾਲ ਇਹ ਵੀ ਕਿਹਾ ਕਿ ਜਦੋਂ ਬੀਬਾ ਹਰਪਸਿਮਰਤ ਗੌਰ ਬਾਦਲ ਨੇ ਕੋਈ ਸਵਾਲ ਕੀਤਾ ਤਾਂ ਪੀਸ਼ ਗੁਇਲ ਨੇ ਉਹਦੇ ਜਵਾਬ ਦੇ ਵਿੱਚ ਐਸੀ ਜਿਹੜੀ ਬਾਟ ਲਗਾਈ ਬੀਬਾ ਦੀ ਬੀਬੀ ਨੂੰ ਜਵਾਬ ਨਹੀਂ ਆਇਆ ਅਸੀਂ ਤਾਂ ਕਹਿੰਨੇ ਆ ਸਾਡੇ ਨਾਲ ਤਾਂ ਮਤਲਬ ਹੁਣ ਟਾਈ ਪਈ ਵੀ ਆ ਭਾਜਪੀ ਦੀ ਕਿਉਂਕਿ ਵਿਰੋਧੀ ਅਸੀਂ ਕਰ ਰਹੇ ਆ ਪਾਰਲੀਮੈਂਟ ਚ ਚਾਹੇ ਸਾਡੇ 2 ਮੈਂਬਰ ਆ ਉੱਥੇ ਲੜਾਈ ਤਾਂ ਆਕਾਲੀ ਦਲ ਹੀ ਲੜ ਰਿਆ ਨਾ ਸਸੀ ਬਾਟਲਾਤੀ ਉਹਨਾਂ ਨੇ ਲਾਤੀ ਗੱਲ ਤਾਂ ਇਹ ਲੜਾਈ ਐ ਦੋ ਧਿਰਾਂ ਦੇ ਵਿੱਚ ਹੁਣ ਚੱਲ ਪਈ ਇਹ ਹਿੰਦ ਤੇ ਪੰਜਾਬ ਦੀ ਲੜਾਈ ਵਾਲੀ ਗੱਲ ਹੋ ਗਈ ਠੀਕ ਐ ਨਾ ਜੀ ਪੰਜਾਬ ਦੇ ਮੁੱਦੇ ਚੱਕਨੇ ਸਾਡੀ ਜ਼ਿੰਮੇਵਾਰੀ ਐ ਇਹ ਸਮਝਣ ਬਾਟਲਾਤੀ ਨਾ ਲਾਤੀ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਐ ਕਰਦੇ ਰਵਾਂਗੇ ਦੂਜੀ ਗੱਲ ਤੇ ਪਿਊਸ਼ ਗੋਇਲ ਦੀ ਉਹ ਗੱਲ ਕਿਉਂ ਭੁੱਲ ਗਿਆ ਜਦੋਂ ਪਿਊਸ਼ ਗੋਇਲ ਨੂੰ ਇਹਨਾਂ ਨੇ ਇਹਨਾਂ ਨੂੰ ਪੰਜਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਕੋਲੇ ਮੂੰਹ ਚੱਕ ਕੇ ਆ ਤਾ ਗਏ ਹੋ ਤੇ ਜੇ ਮੈਂ ਤੁਹਾਨੂੰ ਦੱਸਦਾ ਨਾ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਕੀ ਗੱਲ ਕਰਕੇ ਗਿਆ ਤੇ ਤੁਹਾਨੂੰ ਬਾਹਰ ਜਾ ਕੇ ਆਪਣੀ ਸ਼ਕਲ ਵਿਖਾਉਣੀ ਔਕੀ ਹੋ ਜਾਣੀ ਹੈ ਲੋਕਾਂ ਨੂੰ ਉਹ ਗੱਲਾਂ ਵੀ ਯਾਦ ਕਰ ਲੈਣਾ ਪਿਊਸ਼ ਗੋਇਲ ਦੀ ਕੌਮੀ ਪ੍ਰਧਾਨੋਂ ਤੁਸੀਂ ਤੇ ਸਾਡਾ ਫਰਜ਼ ਬੰਦਾ ਤੁਹਾਨੂੰ ਸਵਾਲ ਕਰਨ ਦਾ ਮਮਤਾ ਬੈਨਰਜੀ ਦੇ ਪਿਛਲੇ ਦਿਨੀ ਹਮਲਾ ਹੋਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਤੀ ਨਿੰਦਣਯੋਗ ਹੈ ਇੱਕ ਸੂਬੇ ਦੀ ਮੁੱਖ ਮੰਤਰੀ ਹੈ ਇੱਕ ਲੇਡੀ ਵੀ ਹੈ ਚਲੋ ਇਹ ਨਹੀਂ ਮੈਂ ਕਹਿੰਦਾ ਕਿ ਲੇਡੀ ਕਮਜ਼ੋਰ ਹੁੰਦੀ ਹੈ ਪਰ ਇੱਕ ਵੱਖਰਾ ਸਤਕਾਰ ਜ਼ਰੂਰ ਹੁੰਦਾ ਹੈ ਤੇ ਜਿਸ ਹੱਦ ਤੱਕ ਉਹ ਸੂਬੇ ਚ ਭਾਜਪਾ ਜਾ ਰਹੀ ਹੈ ਕੇਵਲ ਸੱਤਾ ਹਾਸਤੇ ਆਉਣ ਵਾਸਤੇ ਅਤੀ ਨਿੰਦਣਯੋਗ ਹੈ ਸਿਆਸੀ ਲੜਾਈ ਸਿਆਸੀ ਹੋਣੀ ਚਾਹੀਦੀ ਹੈ ਕਿਸੇ ਦੀ ਜਾਨ ਤੇ ਜਾਂ ਕਿਸੇ ਦੀ ਹੋਰ ਕੋਈ ਕਿਸੇ ਕਿਸਮ ਦਾ ਵਾਇਲੈਂਟ ਹਮਲਾ ਨਹੀਂ ਹੋਣਾ ਚਾਹੀਦਾ ਸੀ ਇਸ ਗੱਲ ਦੀ ਨਖੇਤੀ ਕਰਦੇ ਯਾਰ ਮਨਸਾ ਵਿੱਚ ਇੱਕ ਉਹ ਪੰਜਾਬ ਸਰਕਾਰ ਵੱਲੋਂ ਫਿਰ ਤੋਂ ਜਿਹੜੀਆਂ ਹਦਾਇਤਾਂ ਸਖਤ ਕੀਤੀਆਂ ਹਨ ਕਰੋਨਾ ਦੇ ਪ੍ਰਕੋਪ ਨੂੰ ਦੇਖਦੇ ਹਾਂ ਵੱਧ ਦੇਖਦੇ ਹਾਂ ਨਾਲ ਇਹ ਕਿਤੇ ਨਾ ਕਿਤੇ ਜਿਹੜਾ ਰਾਤਰੀ ਕਰਫੂ ਵੀ ਲਗਾਇਆ ਜਾ ਰਿਹਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਯਾਰ ਮੈਨੂੰ ਇੱਕ ਨਹੀਂ ਸਮਝ ਆਉਂਦੀ ਇਹ ਜਿਹੜਾ ਰਾਤਰੀ ਕਰਫਿਊ ਹੈ ਇਹ ਦਿਨੇ ਕਰੋਨਾ ਸੌਂਦਾ ਕੀ ਰਾਤ ਨੂੰ ਹੀ ਨਿਕਲਦਾ ਇਸ ਕਰਕੇ ਰਾਤ ਨੂੰ ਕਰਫਿਊ ਲਾਤਾ ਇਹ ਨਹੀਂ ਮੈਨੂੰ ਸਮਝ ਆਈ ਵੀ ਇਹ ਕੀ ਕੀ ਕਰੋਨਾ ਦਾ ਇਹ ਕਿਵੇਂ ਕੰਟਰੋਲ ਹੁੰਦਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਹਿਲੇ ਦਿਨੋਂ ਕਰੋਨਾ ਨੂੰ ਵਰਤਿਆ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਦੋਂ ਜਦੋਂ ਲੋਕਾਂ ਦੀ ਲਹਿਰ ਉੱਠਦੀ ਹੈ ਕਿ ਇਹਨਾਂ ਦੇ ਖਿਲਾਫ ਲੋਕਾਂ ਦੇ ਪ੍ਰਦਰਸ਼ਨ ਸ਼ੁਰੂ ਹੁੰਦੇ ਆ ਉਦੋਂ ਹੀ ਇਹ ਕਰੋਨਾ ਕਰਕੇ ਤੇ ਕਲੈਂਪ ਡਾਊਨ ਕਰ ਦਿੰਦੇ ਇਹ ਤਾਂ ਇੱਕ ਸਿਆਸੀ ਹਤਕੰਡਾ ਵਰਤ ਰਹੀ ਹੈ ਕੈਪਟਨ ਸਰਕਾਰ ਰਾਤ ਨੂੰ ਮੈਨੂੰ ਤਾਂ ਸਵਾਲ ਦਾ ਇਹ ਜਵਾਬ ਦੇ ਦੇਣ ਮੈਨੂੰ ਨਹੀਂ ਅਜੇ ਤਾਈਂ ਮਿਲਿਆ ਰਾਤ ਨੂੰ ਤਾਂ ਲੋਕ ਕੂਈ ਘਰਾਂ ਚ ਹੁੰਦੇ ਆ ਤੇ ਫਿਰ ਰਾਤਰੀ ਕਰ ਪਿਉ 11 ਵਜੇ ਤੋਂ 5 ਵਜੇ ਤਾਈਂ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਇੱਥੇ ਆਪਣੇ ਫਰੀਦਕੋਟ 11 ਵਜੇ ਤੋਂ ਬਾਅਦ ਤੁਹਾਨੂੰ ਕਿੰਨੇ ਕੁ ਲੋਕ ਬਾਹਰ ਮਿਲਦੇ ਆ ਇਹ ਮੈਨੂੰ ਤਾਂ ਇਹਦਾ ਫੰਡਾ ਨਹੀਂ ਸਮਝ ਆਇਆ ਜੀ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਜੂਥ ਕਾਈ ਦੇ ਕੌਮੇ ਪ੍ਰਧਾਨ ਪਰਮਜੀਤ ਸਿੰਘ ਵੰਟੀ ਰਮਾਣਾ ਜਿਨ੍ਹਾਂ ਨੇ ਬੜੀ ਬਰੀਕੀ ਦੇ ਨਾਲ ਜਿਹੜਾ ਦੱਸਿਆ ਕਿ ਜਿਹੜਾ ਆਖਰੀ ਬਜਟ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਉਹ ਕਿੰਨਾ ਕੁ ਸਹਾਇ ਸਦ ਹੋਵੇਗਾ ਲੋਕਾਂ ਨੂੰ ਬੜੀ ਬਰੀਕੀ ਦੇ ਨਾਲ ਇਹਨਾਂ ਨੇ ਦੱਸਿਆ ਵੀ ਕਿੰਨਾ ਕੁ ਬੋਝ ਪੈਣ ਜਾ ਰਿਹਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਵੋਟਾਂ ਨੂੰ ਲੈ ਕੇ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਜਾਂ ਲੋਕ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਲਿਆ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਫਰੀਦ ਕੋਰ ਤੋਂ ਗਰਜੀਤ ਰਮਾਣਾ ਬੀ5 ਚੈਨਲ ਪੰਜਾਬੀ ਬੀ5 ਚੈਨਲ ਪੰਜਾਬੀ ਫੋਰੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ